ਪੰਜਾਬ ਦੇ ਅੰਮ੍ਰਿਤਸਰ ਵਿੱਚੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅੱਜ ਸ਼ਾਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਦਰਦਨਾਕ ਹਾਦਸਾ ਹੈ, ਜਿੱਥੇ ਦੁਸ਼ਹਿਰਾ ਦੇਖ ਰਹੇ ਲੋਕਾਂ ਦੇ ਉੱਪਰ ਟ੍ਰੇਨ ਆ ਚੁੱਕੀ। ਔਰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦਾਵਣ ਨੂੰ ਅੱਗ ਲੱਗੀ, ਪਟਾਕਿਆਂ ਦੀ ਆਵਾਜ਼ 'ਚ ਲੋਕਾਂ ਨੂੰ ਦੂਸਰੀ ਸਾਈਡ ਤੋਂ ਆ ਰਹੀ ਟ੍ਰੇਨ ਦੀ ਆਵਾਜ਼ ਨਹੀਂ ਸੁਣੀ ਅਤੇ ਇਸ ਹਾਦਸੇ ਵਿੱਚ ਲਗਭਗ 60 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਚਾਨਕ ਲੋਕ ਦੁਸ਼ਹਿਰਾ ਦੇਖ ਰਹੇ ਸੀ ਅਤੇ ਟ੍ਰੇਨ ਉਹਨਾਂ ਦੇ ਉੱਪਰ ਆ ਚੁੱਕੀ। ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ। ਇਹ ਦੋ ਵੀਡੀਓ ਜੋ ਤੁਹਾਨੂੰ ਵੀਕਐਂਡ ਰਿਪੋਰਟ ਦੇ ਇਸ ਚੈਨਲ 'ਤੇ ਦਿਖਾਏ ਜਾ ਰਹੇ ਹਨ, ਉਹ ਸੋਸ਼ਲ ਮੀਡੀਆ 'ਤੇ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਹਨ। ਹਾਦਸਾ ਕਿਵੇਂ ਹੋਇਆ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ ਜਦ ਹਾਦਸਾ ਹੋਇਆ ਤਾਂ ਲੋਕ ਦੁਸ਼ਹਿਰਾ ਦੇਖਣ 'ਚ ਮਸਰੂਫ ਸਨ, ਔਰ ਜਿਵੇਂ ਹੀ ਰਾਵਣ ਨੂੰ ਅੱਗ ਲੱਗੀ ਤਾਂ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਦੂਸਰੀ ਤਰਫ ਤੋਂ ਟ੍ਰੇਨ ਆ ਰਹੀ ਹੈ। ਔਰ ਟ੍ਰੇਨ ਇੰਨੀ ਸਪੀਡ 'ਤੇ ਸੀ ਜਿਸਦੇ ਚਪੇਟ ਵਿੱਚ ਲਗਭਗ 300-400 ਲੋਕ ਆ ਗਏ, ਔਰ ਜਿਨ੍ਹਾਂ ਵਿੱਚੋਂ 60 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ, ਔਰ 200 ਤੋਂ ਜ਼ਿਆਦਾ ਘਾਇਲ ਸੀ। ਇਹ ਟ੍ਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਹੈ।